प्रधानमंत्री नरेंद्र मोदी और आज असम गुवाहाटी तकरीबन या सौ करोड़ रुपए दिया नेकं विकास परियोजनाएं का उद्घाटन कर डीजीजीआई ने जन्दे बरे अप्रैल थमा दिसंबर बार अठारह हजार करोड़पे जुड़े फर्जी इनपुट टैक्स क्रेडिट मामले का ला पता लाया है ਇਸ ਸਰਬੰਦੇ ਚ 98 ਗ੍ਰਿਫਤਾਰੀਆਂ ਕੀਤੀਆਂ ਮੌਸਮੀ ਬਾਗ ਨੇ ਕੱਲ ਸੰਗਾਰੇਟਗਰ ਉੱਤਰਪਾਰਚ ਬਾਕਬਾਕ ਥਾਰਿਂ ਪਰ ਗਰਜੋਗਰਜੀ ਤੇਜ਼ ਬਾਹ ਤੇ ਐਨ ਗੜੇ ਕਨੇ ਹਲਕੀ ਧਮਾਕ ਦਰਮਿਆਨੇ ਦਰਜੇ ਦੀ ਬਰਖਾ ਤੇ ਬਰਫਬਾਰੀ ਵੀ ਪੇਸ਼ੰਕੋਈ ਕੀਤੀ ਹੈ ਖੇਡ ਮੰਤਰਾਲੇ ਨੇ ਚੋਣਾਂ ਦੀ ਦੇਰੀ ਕਰਨੇ ਕਰਵਾਨੇ ਤਾਈਂ ਭਾਰਤੀ ਪੈਰਾਓਲੰਪਿਕ ਕਮੇਟੀ ਦੀ ਮੁਅੱਤਲ ਕਰੀ ਦਿੱਤਾ ਟੈਨਿਸ ਚ ਡੇਵਿਸ ਕੱਪ ਦੇ ਪਹਿਲੇ ਦੌਰ ਦੇ ਮੁਕਾਬਲੇ ਚ ਭਾਰਤ ਨੇ ਪਾਕਿਸਤਾਨ ਪਰ 2 ਸਿਫਰ ਦੀ ਬੜਤ ਬਣਾਈ ਲਤੀ ਹੈ तफसील करने प्रधानमंत्री नरेंद्र मोदी और असम दे अपने दं दिन दौरे दौरान अज गुवाहाटी च दिन साढ़े ग्यारह बजे एक बड़ी जनसभा की संबोधित करन कार्यक्रम दौरान श्री मोदी और राज्य जार पाँच सौ नड़िनवे करोड़ रप दिए कई विकास परियोजनाएं का वर्चुअल ढंगे ने उद्घाटन करगन ते कई परियोजनाएं करियोजनाएं नींह पत्थर रखगन प्रधानमंत्री और कामाख्या मंदिर कॉरिडोर गुवाहाटी च हई अड्डा टर्मिनल थमा एक छे लेन शिड़क नेहरू स्टेडियम की फीफा के मानके मुजब बनाने चंद्रपुर एक नमे खेड परिसर तरताली शिड़कें ठत्ती पुलें सबंधी परियोनाएी नींह पत्थर रखंग ए प्रधानमंत्री और गुवाहाटी मेडिकल कॉलेज से अस्पताल की नमी संगठित इमारत करीमगंज जिले च नमे मेडिकल कॉलेज से गुवाहाटी च यूनिटी मॉल ले भी नींह पत्थर प्रधानमंत्री और विश्वनाथ छरियाली थमा ਗੋਹਪੁਰ ਤਗਰ ਤੇ ਦੋਲਾਬਰੀ ਥਮਾ ਜਾਮਗੁੜੀ ਤਗਰ ਨਵੀਂ ਬਣਾਈ ਗਈ ਦੀਆਂ ਚਾਰ ਲੇਨ ਛਿੜਕੇ ਦਾ ਉਦਘਾਟਨ ਵੀ ਕਰਨਗਨ ਪ੍ਰਧਾਨ ਮੰਤਰੀ ਔਰ ਕਾਰਜਕ੍ਰਮ ਦੇ ਬਾਅਦ ਦੁਪਹਿਰੀ ਤਕਰੀਬਨ 1 ਵਜੇ ਨਵੀਂ ਦਿੱਲੀ ਲਈ ਰਵਾਨਾ ਹੋ ਜਾਣਗਨ GST इंटेलिजेंस महानिदेशालय ने चालू माली बरे च दिसंबर 2023 तक 18000 करोड़ रुपए कने जुड़े दे 1700 फर्जी टैक्स क्रेडिट मामले दा पता लाया है ਇਸ ਸਰਬੰਦੇ ਚ 98 ਜਾਲਸਾਜ਼ਾਂ ਤੇ ਮਾਸਟਰਮਾਈਂਡਿੰਗ ਹੀ ਇਰਾਸਾ ਚਲਾਇਆ ਗਿਆ ਵਿੱਤ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦੇ ਹੋਇਆ ਕਿ ਹੈ ਜੇ ਡੀਜੀਜੀਆਈ ਨੇ ਦੇਸ਼ ਪਰ ਇਹ ਚ ਸਕਰੀ ਫਰਜੀ ਇਨਪੁਟ ਟੈਕਸ ਕ੍ਰੈਡਿਟ ਆਈਟੀਸੀ ਤੇ ਗੜਬੜੀ ਕਰਨ ਵਾਲੇ ਦੀ شناخت ਕਰਨੇ ਤੇ ਉਹਨੇ ਕੀ ਫੜਨੇ ਪਰ ਟਕੋਦੇ ਤੋਰਾ ਪਰ ਵੱਲ ਪਾਇਆ ਹੈ DGGI ਨੇ ਅੱਜੇ ਕਲੇ ਦੀ ਤਕਨੀਕ ਦੀ ਮਦਦ ਕਰਨੇ ਡੇਟਾ ਵਿਸ਼ਲੇਸ਼ਣ ਦਾ ਇਸਤੇਮਾਲ ਕਰਦੇ ਹੋਏ ਮਾਮਲੇ ਨੂੰ ਸੁਲਝਾਇਆ ਜਿਹਦੇ ਕਰਨੇ ਟੈਕਸ ਚੋਰੀ ਕਰਨ ਵਾਲਿਆਂ ਦੀ ਗ੍ਰਿਫਤਾਰੀ ਮੁਮਕਨ ਹੋਈ ਸਕੀ ਹੈ। ਦਿੱਲੀ, ਯੂਪੀ ਤੇ ਰਾਜਸਥਾਨ ਤੋਂ ਨੇ ਉੱਤਰ ਭਾਰਤ ਦੇ ਬਕਬਕ ਇਸ ਇੰਚ ਕੱਲ ਚਿਰੇ ਰਾਤੀ ਥਮਾ ਹਲਕੀ ਥਮਾ ਦਰਮਿਆਨੇ ਦਰਜੇ ਦੀ ਬਰਖਾ ਭਰਾ ਕਰਦੀ ਹੈ। ਮੌਸਮ ਵਿਭਾਗ ਨੇ ਆਖਿਆ ਹੈ ਕਿ ਕੱਲ ਸੰਘਾਰੇ ਤੱਕ ਪੱਛਮੀ ਵਿਕਸ਼ੋਭ ਦੇ ਚਲਦੇ ਉੱਤਰ ਪੱਛਮ ਭਾਰਤ 'ਚ ਇਹਦਾ ਅਸਰ ਪੈ ਸਕਦਾ ਹੈ। महमे ने कल तगर जम्मू कश्मीर लद्दाख गिलगित बाल्टिस्तान मुजफ्फराबाद हिमाचल प्रदेश पंजाब हरियाणा चंडीगढ़ दिल्ली उत्तर प्रदेश राजस्थान ते उत्तराखंड सने बारें पर तेज ऐन गड़े के अलावा हल्की अल बरखा ते बर्फबारी की बर्फ पेशनगोई की थी। मौसम विभाग मुजब मंगलवार तोड़ी पच्छम बंगाल ते पूर्वोत्तर भारत भी हल्की दरमियाने दर्जे की बरखा बरने की पेशनगोई की गई है ਅੱਜ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਚ ਵੱਖ-ਵੱਖ ਥਾਰਿਆਂ 'ਤੇ ਤੇਜ਼ ਬਰਖਾ ਤੇ ਬਰਫ਼ਬਾਰੀ ਦੀ ਸੰਭਾਵਨਾ ਦੱਸੀ ਗਈ ਦੀ ਹੈ। ਸ਼ਹੀਦਲਰ ਬਾਰੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਜੇ ਕੱਲੇ ਤੱਗਰ Odisha, Assam, Meghalaya, Nagaland, Manipur, Mizoram ਤੇ Tripura ਚ ਬੜਲੇ ਤੂੰਦ ਕੋਰਾ ਪੈ ਜ਼ਰਦਾ। ਹਿਮਾਚਲ ਚ ਕੜਾਕੇ ਦੀ ਠੰਡ ਵਾਲੇ ਅਲਾਤ ਅੱਜ ਵੀ ਬਣੇ ਡੇ ਰੋਂਗਣ। ਬੀਜੇਪੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁੰਦੇ ਪਰ ਆਪਣੀ ਪਾਰਟੀ ਆਪ ਦੇ ਵਿਧਾਇਕ ਇੰਗੇ ਲੁਬਾਣੇ ਦੀ ਕੋਸ਼ਟ ਕਰਨੇ ਦੇ ਆਰੋਪਾਂ ਦੀ ਲਈ ਗਏ ਉੰਦੀ ਨੁਕਤਾਚੀਨੀ ਕੀਤੀ ਹੈ ਨਵੀਂ ਦਿੱਲੀ ਚ ਮੀਡੀਆ ਗੀ ਸੰਬੋਧਿਤ ਕਰਦੀ ਹੋਈ ਭਾਰਤੀ ਜਨਤਾ ਪਾਰਟੀ ਪ੍ਰਵਕਤਾ ਸ਼ਹਿਜ਼ਾਦ ਪੂਨਾਵਾਲ ਹੋਰ ਨੇ ਕੇਜਰੀਵਾਲੋਂ ਦੇ ਪਾਰਾ ਰੂਪ ਲਾਇਆ ਜੇ ਜਿਸਲੇ ਦਿੱਲੀ ਪੁਲਿਸ ਉੰਦੇ ਘਰ ਪੁੱਜੀ ਤੇ ਉਹ ਉਠਵਾਨਾ ਸੀਗੇ ਉਨੇ ਕਲਾਇਆ ਜੇ ਕੇਜਰੀਵਾਲ ਹੋ ਰਹੀਂਗੀ ਚਾਹੀਦਾ ਹ ਜੇ ਉਹ ਆਪਣੇ ਆਪ ਕੀ ਬੇਕਸੂਰ ਸਾਬਤ ਕਰਨੇ ਤਾਂ ਦਿੱਲੀ ਪੁਲਿਸ ਜਾਂ ਹੋਰ ਦੁਈਏ ਏਜੰਸੀਆਂ ਕੀ ਸਬੂਤ ਦੇਣੇ ਪਰ ਉਹਨੇ ਕਿਛ ਵੀ ਨਹੀਂ ਕੀਤਾ ਉਨੇ ਕਲਾਇਆ ਜੇ ਭਾਰਤੀ ਜਨਤਾ ਪਾਰਟੀ ਨੈਤਿਕਤਾ ਲਈ ਸਿਆਸਤ ਕਰਦੀ ਹੈ ਤੇ ਪਰਵਰਤਨ ਨਿਰਦੇਸ਼ਾਲਿਆ ਨੇ ਦਿੱਲੀ ਦੇ ਮੁੱਖ ਮੰਤਰੀ ਕੀ ਪੰਜਵਾਰੀ ਸੱਮਨ ਜਾਰੀ ਕੀਤੇ ਪਰ ਉਹ ਨਿਰਦੇਸ਼ਾਲਿਆ ਦੇ ਸਾਹਮਣੇ ਪੇਸ਼ ਨਹੀਂ ਹੋਏ ਇਹ ਖਬਰਾਂ ਤੁਸੀਂ ਆਗਾਸ਼ਵਾਣੀ ਪਰ ਸੁਣਾ ਗਰਦੇ ਹੋ प्रधानमंत्री नरेंद्र मोदी और कल ओडिशा दे संबलपुर चाठ हजार करोड़ शा मते दिए कई परियोजनाएं दा उद्घाटन ते के परियोजनाएं दे नींह पत्थर रखे श्री मोदी होरें बिजली ते रेलवे दें नेक ढांचागत परियोजनाएं सने चार सौ दो करोड़ संबलपुर दे स्थाई कैंपस दा भी उद्घाटन कीता ਕਿਛਾਗੇ 파ਸ਼ੰਦਿੰਦੇ ਹੋਈ ਪ੍ਰਧਾਨ ਮੰਤਰੀ ਉਹਨੀਆਂ ਆਖਿਆ ਜੇ 오ਡੀਸ਼ਾ ਦੇ ਲੋਕ ਗਰੀਬ ਤਬਕੇ ਸ਼ਰਮਿਕੇ ਕਾਮਕਾਜੀ ਤਬਕੇ ਕਾਰੋਬਾਰੀਆਂ ਕੰਨੇ ਸਰਬੰਦ ਰੱਖ ਦੇਣ ਤੇ ਇਹਨੇ ਪ੍ਰਯੋਜਨਾ ਦਾ ਲਾਹ ਸਮਾਜ ਦੇ ਸਭ ਨੇ ਵਰਗਾਂ ਕੀ ਆਸਾ ਲੋਕ ਉਹਨੇ ਆਖਿਆ ਜੇ ਇਹ ਪ੍ਰਯੋਜਨਾ 오ਡੀਸ਼ਾ ਦੇ ਨੌਜਵਾਨੇ ਲਈ ਰੋਜ਼ਗਾਰ ਦੇ ਜਾਰੰਬਤ ਦੇ ਨਵੇਂ ਮੌਕਾ ਪੈਦਾ ਕਰਨਗਣ ਪਰਧਾਨ ਮੰਤਰੀ ਨੇ ਆਖਿਆ ਜੇ Odisha ਦੀ ਸਿੱਖਿਆ ਤੇ ਕੌਸ਼ਲ ਵਿਕਾਸ ਦਾ ਇੱਕ ਅਹਿਮ ਕੜ ਬਣਾਉਣ ਲਈ ਕੇਂਦਰ ਸਰਕਾਰ ਪਾਸਿਆ ਲਗਾਤਾਰ ਯਤਨ ਕੀਤੇ ਜਾ ਕਰਦਨ ਉਹਨੇ ਆਖਿਆ ਜੀ ਉਹਦੀ ਸਰਕਾਰ ਜਨਜਾਤੀય ਸਮੁਦਾਇਨ ਦੇ ਸੁਖਨੇਗੀ ਪਾਕਾ ਗਿਆ ਪੂਰਾ ਕਰਕ ਪ੍ਰਧਾਨ ਮੰਤਰੀਵਰੇ ਪੂਰੀ ਠਮਾ ਸੋਨੇਪੁਰ ਤੇ ਫੀ ਉਥਮ ਪੂਰੀ ਤਰ ਅਗਰ ਚਲਨੇ ਵਾਲੀ ਅਫਤਾਵਾਰ ਐਕਸਪ੍ਰੈਸ ਵੇ ਰੇਲ ਗੱਡੀ ਦੀ ਚੰਡੀ ਦਸੀਏ ਸ਼ੁਰੂ ਕਰਵਾਇਆ ਤੇ ਚਾਰ ਸੁਗੜਾਲੇ ਐਡ ਪੋਸਟ ਆਫਿਸ ਦੀ ਵਿਰਾਸਤੀ ਇਮਾਰਤ ਵੀ ਰਾਸ਼ਟਰੀ ਨਮਿਤ ਲਈ ਪ੍ਰਧਾਨ ਮੰਤਰੀਓ ਨੇ ਤਾਮਰਾ ਅੰਗੁਲ ਪਾਈਪਲਾਈਨ ਸੈਕਸ਼ਨ ਦਾ ਵੀ ਉਦਘਾਟਨ ਕੀਤਾ ਤੇ ਵੀਡੀਓ ਕਾਨਫਰੰਸ ਰਾਹੀਂ ਤਲਾਬੀਸ਼ ਥਰਮਲ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀ ਤੇ ਉੜੀਆ ਫਿਲਮ ਦੇ ਅਭਿਨੇਤਾ ਸਾਦੂ ਮੇਰ ਉੰਦੀ ਮੌਤ ਪਰ ਸੋਗ ਜਤਾਇਆ ਇੱਕ ਸੰਦੇਸ਼ ਚ ਉਹਨੇ ਆਖਿਆ ਜੇ ਸ਼੍ਰੀ ਮੇਰ ਹੁੰਦਾ ਕਾਲ ਸਿਨੇਮਾ ਜਗਤ ਤੇ ਪਾਰ ਦੀ ਸਾਂਸਕ੍ਰਿਤਿਕ ਵਿਰਾਸਤ ਲਈ ਇੱਕ ਬਡਾ ਨੁਕਸਾਨ ਹੈ ਸ਼੍ਰੀ ਮੋਦੀ ਨੇ ਆਖਿਆ ਜੇ ਮੇਰ ਔਰ ਹਿੰਦੀ ਤੇ ਉੜੀਆ ਫਿਲਮੇ ਦੇ ਮਹਾਨ ਕਲਾਕਾਰ ਹੈ ਤੇ ਉੰਦੀ ਕਲਾਕਾਰੀ ਤੇ ਸਮਰਪਣ ਬੇਜੋੜੀ ਉਹਨੇ ਮੇਰ ਹੁੰਦੇ ਪਰਿਵਾਰ ਸਹਿਯੋਗੀਆਂ ਤੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾ ਵੀ ਜਤਾਈ ਖੇਡ ਮੰਤਰਾਲੇ ਨੇ ਬੇਲੇ ਸਿਰ ਚੁਨਾ ਨਹੀਂ ਕਰਵਾਉਣੇ ਚ ਨਕਾਮ ਰੁਣੀ ਤੇ ਦਿਸ਼ਾ ਨਿਰਦੇਸ਼ਣ ਦੀ ਪਾਲਮਾਨ ਨਹੀਂ ਕਰਨੇ ਦੇ ਚਲਦੇ ਭਾਰਤੀ ਪੈਰਾਓਲੰਪਿਕ ਸਮਿਤੀ ਕੀ ਤੋਰ ਤੇ ਪ੍ਰਭਾਵ ਕਰਨੇ ਮੁਅਤਲ ਕਰ ਦਿੱਤਾ ਹੈ ਮੁਅਤਲੀਲੇ ਆਪਣੇ ਹੁਕਮ ਵਿੱਚ ਖੇਡ ਮੰਤਰਾਲੇ ਨੇ ਆਖਿਆ ਹੈ ਜੇ ਕਾਰਜਕਾਰੀ ਸਮਿਤੀ ਦਾ ਕਾਰਜਕਾਲ 31 ਜਨਵਰੀ ਦੀ ਖਤਮ ਹੋ ਗਿਆ ਹੈ ਤੇ ਭਾਰਤੀ ਪੈਰਾਓਲੰਪਿਕ ਸਮਿਤੀ ਦੇ ਪਿਛਲੇ ਚੁਨਾ ਸਤੰਬਰ 2019 ਚੋਏ ਹੈ ਦਿੱਲੀ ਹਾਈ ਕੋਰਟ ਦੇ ਹੁਕਮੇ ਕਰੀ 3 ਸਤੰਬਰ 2019 ਦੀ ਚੋਣ ਦੀ ਅਧਿਸੂਚਨਾ ਪਰ ਰੋਕ ਲਾਈ ਦਿੱਤੀ ਗਈ ਸੀ ਤੇ ਰਿਟਰਨਿੰਗ ਅਧਿਕਾਰੀ ਦੀ ਚੋਣ ਦੇ ਨਤੀਜੇ ਘੋਸ਼ਿਤ ਕਰਨੇ ਥਮਾਂ ਵੀ ਰੋਕੀ ਦਿੱਤਾ ਗਿਆ ਹੈ ਮੰਤਰਾਲੇ ਨੇ ਆਖਿਆ ਜੇ ਨਵੀਂ ਕਮੇਟੀ ਖੜੇਰਨੇ ਲਈ ਚੋਣ ਹੁਣ 28 ਫਰਵਰੀ ਦੀ ਬੈਂਗਲੁਰੂ ਚੋਂਗਨ ਪੰਜਾਬ ਦੇ ਗਵਰਨਰ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪਰੋਇਟੋ ਨੇ ਇਹਨੇ ਦੋਨੇ ਅਹੁਦੇ ਪਰਾ ਅਸਤੀਫਾ ਦੇ ਦਿੱਤਾ ਹੈ ਉਨੇ ਆਪਣਾ ਅਸਤੀਫਾ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਰੰਗੀ ਭੇਜੀ ਦਿੱਤਾ ਹੈ ਤੇ ਉਨੇ ਕੀ ਅਸਤੀਫਾ ਮਨਜ਼ੂਰ ਕਰਨ ਦੀ ਬੇਨਤੀ ਵੀ ਕੀਤੀ ਹੈ ਆਪਣੇ ਅਸਤੀਫੇ ਚ ਉਨੇ ਦੱਸਿਆ ਹੈ ਜੇ ਉਹ ਨਿੱਜੀ ਵਜਹਾਂ ਕਰੀ ਤੇ ਕਿਸੇ ਹੋਰ ਪ੍ਰਤੀਬੱਧਤਾਆਂ ਤੇ ਚਲਦੇ ਅਸਤੀਫਾ ਦਿਆ ਕਰਦਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉੰਦੀ ਕਰਿਆਲੀ ਬੁਸ਼ਾ ਖਾਨ ਦੀ 7 ਬਰਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ पाकिस्तान की एक ने आख्या है जो हजार अठारह च निकाह कानून की खिलाफवर्जी करते हुए हुआ है इमरान खान ने प्रधानमंत्री बनने शा सातवें महीने पहले एक निजी समारोह च जनवरी दो हजार अठारह च समझौते पर दस्खत किए हैं मीडिया रिपोर्टे मुजब मुशरा खान ने इमरान खान निकाह करने, करने शा पहले इस्लाम मुजब इद्दत का समय पूरा नहीं किता हा ਟੈਨਿਸ ਚ ਇਸਲਾਮਾਬਾਦ ਚ ਭਾਰਤ ਨੇ ਪਾਕਿਸਤਾਨ ਪਰ ਡੇਵਿਸ ਕੱਪ ਵਿਸ਼ਵ ਗਰੁੱਪ 1 ਦੇ ਪਲੇਆਫ ਮੁਕਾਬਲੇ ਚ 2-0 ਦੀ ਬੜਤ ਬਣਾਈ ਲੈਤੀ ਹੈ ਕੱਲ ਪਹਿਲੇ ਰੋਜ਼ ਭਾਰਤ ਦੇ ਰਾਮਕੁਮਾਰ ਰਾਮਾਨਾਥਨ ਨੇ ਪਾਕਿਸਤਾਨ ਦੇ ਆਸਿਮ ਉਲ ਹਕ ਕੁਰੈਸ਼ੀ ਦੀ 6-7-7-6-6-0 ਕਨੇ ਹਰਾਇਆ ਜਿਲੇ ਕੇ ਸ਼ਿਰਾਮ ਬਾਲਾਜੀ ਨੇ ਅਕੀਲ ਖਾਨ ਦੀ ਸਿੱਧੇ ਸਟੈਂਚ 7-5 ਤੇ 6-3 ਕਨੇ ਸ਼ਿਕਸਤ ਦਿੱਤੀ ਅੱਜ ਡਬਲਸ ਤੇ ਰਿਵਰਸ ਸਿੰਗਲਸ ਦੇ ਮੁਕਾਬਲੇ ਖੇਡੇ ਜਾਣਗੇ ਭਾਰਤ ਨੂੰ ਵਿਸ਼ਵ ਕੱਪ ਚਤਾਰ ਬਨਾਣੇ ਸਾ ਬਸ ਇੱਕ ਜਿੱਤ ਦੂਰ ਹੈ ਖੀਰੇ ਚ ਖਾਸ ਖਾਸ ਖਬਰਾਂ ਇੱਕ ਬਾਰੀ ਪੜਤੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਅਸਮ ਦੀ ਗੁਆਟੀ ਥਾਰ ਤਕਰੀਬਨ 11600 ਕਰੋੜ ਰੁਪਏ ਦੀਆਂ ਨਿਕਾਂ ਵਿਕਾਸ ਪ੍ਰਯੋਜਨਾਵਾਂ ਦਾ ਉਦਘਾਟਨ ਕਰਨਗਨ ਡੀਜੀਜੀਆਈ ਨੇ ਜੰਦੇ ਬਾਰੇ ਅਪ੍ਰੈਲ ਥਮਾਂ डिसेंबर ਬਸਕਾਰ धाराज और को बेकने जुड़े दे फर्जी इनपुट टैक्स क्रेडिट मामले ਦਾ ਪਤਾ ਲਾਇਆ ਹੈ ਇਸ ਸਰਬੰਦੇ ਚ 98 ਗ੍ਰਫਤਾਰੀਆਂ ਕੀਤੀ ਗਈਆਂ ਮੌਸਮ ਵਿਭਾਗ ਨੇ ਕੱਲ ਸੰਗਾਰਿਤ ਅਗਰ ਉੱਤਰ ਪਾਰ ਚ ਬਖ ਬਖ ਥਾਰਮ ਪਰ ਗਰਜੂ ਗਰਜੀ ਤੇਜ਼ ਬਾਤ ਐਨ ਗੜੇ ਕਨੇ ਹਲਕੀ ਥਮੰ ਦਰਮਿਆਨੇ ਦਰਜੇ ਦੀ ਬਰਖਾ ਤੇ ਬਰਫਬਾਰੀ ਦੀ ਪੇਸ਼ੰਗੋਈ ਕੀਤੀ ਹੈ ਖੇਡ ਮੰਤਰਾਲੇ ਨੇ ਚੁਨਾਵ ਦੇਰੀ ਕਰਨੇ ਕਰਵਾਉਣੇ ਤਾਈਂ ਭਾਰਤੀ ਪੈਰਾਓਲੰਪਿਕ ਕਮੇਟੀ ਦੀ ਮੁੱਤਲ ਕਰੀ ਦਿੱਤਾ ਤੇ ਡੈਨਿਸ ਡੇਵਿਸ ਕੱਪ ਤੇ ਪਹਿਲੇ ਦੌਰ ਚ ਮੁਕਾਬਲੇ ਚ ਭਾਰਤ ਨੇ ਪਾਕਿਸਤਾਨ ਪਰ 2 0 ਦੀ ਬੜਤ ਬਣਾਈ ਲੈਤੀ ਹੈ ਖਬਰਾਂ ਦੇ ਇਸ ਬੁਲੇਟਿਨ ਚ ਬਸ ਇੰਨਾ ਹੈ